ਜਾਣ ਗੱਲ ਇੱਥੋਂ ਕਿ ਸਾਡੀ ਕੀ ਜ਼ਿੰਮੇਵਾਰੀ ਹੈ, ਅਸੀਂ ਕਿਤਰਾ ਕਰਜ਼ਿਆਂ ਨੇ ਰੋਕਣਾ, ਕਿਤਰਾ ਕੁਰਕੀਆਂ ਨੇ ਰੋਕਣਾ, ਮੁੜ ਕੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਰੋਕਣਾ ਕਿਤਰਾ ਵਾ। ਜਿਹੜੇ ਇੱਥੇ ਆਉਣ ਕੇ ਸੁਣ ਜਾਣਗੀਆਂ ਬੀਬੀਆਂ ਤੇ ਉਹ ਫਿਰ ਪਿੰਡਾਂ ਦੀ ਕਮੇਟੀਆਂ ਬਣਾ ਕੇ ਕਰਜ਼ਿਆਂ ਵਾਲਿਆਂ ਨੂੰ ਭਜਾ ਦੇਣਗੀਆਂ ਉੱਥੋਂ ਮਿੰਟੋ ਮਿੰਟੀ, ਤੁਹਾਡੇ ਨੂੰ ਪਹਿਲਾਂ ਭਜਾ ਦੇਣਗੇ। ਇੰਨੀ ਤਾਕਤ ਹੈ ਬੀਬੀਆਂ ਦੇ ਵਿੱਚ, ਉਹਨਾਂ ਦੀਆਂ ਥੋੜ੍ਹਾ ਜਿਹਾ ਆਪਣੇ ਅੰਦਰੋਂ ਜਿਹੜੀ ਹੈਗੀ ਹੈ ਘੀਣ ਭਾਵਨਾ ਉਹ ਕੱਢੋ, ਇੱਕ ਬੀਬੀਆਂ ਪ੍ਰਤੀ ਜਿਹੜੀ ਤੁਹਾਡੇ 'ਚ ਇੱਕ ਜਿਹੜੀ ਜੈਲਸੀ ਜੀ ਆ ਉਹ ਕੱਢੋ ਕਿ ਬੀਬੀ ਨੇ ਕੀ ਕਰਨਾ ਜੀ, ਬੀਬੀ ਨੂੰ ਕੀ ਕੰਮ ਕਰਨਾ, ਇਹ ਦਿਮਾਗ 'ਚੋਂ ਕੱਢ ਦਿਓ। ਬੀਬੀ ਸਾਡਾ 50% ਹਿੱਸਾ ਵਾ, ਜੇ ਅਸੀਂ ਉਹਨਾਂ ਨੂੰ ਲਾਲ ਨਹੀਂ ਕੁਛ ਨਹੀਂ ਬਣਨਾ। ਇਸੇ ਕਰਕੇ ਮੈਂ ਖੁਸਾ ਸਾਹਿਬ ਨੂੰ ਕਿਹਾ ਸੀ ਕਿ ਆਪਣੀਆਂ ਬੀਬੀਆਂ ਲੈ ਕੇ ਉਹ ਲੈ ਕੇ ਆਏ ਆ, ਪਰ ਤੁਸੀਂ ਕਿਸੇ ਪਿੰਡ ਨੇ ਹੋਰ ਨੇ ਆਸਰਾ ਨਹੀਂ ਕੀਤਾ। ਜੇ ਖੌਸੇ ਰਣ ਧੀ ਤੋਂ ਆ ਸਕਦੀਆਂ ਤੁਹਾਡੇ ਪਿੰਡਾਂ ਤੋਂ ਆ ਸਕਦੀਆਂ, ਉਹਨਾਂ ਨੇ ਆਸਰਾ ਕੀਤਾ ਵਾ, ਉਹਨਾਂ ਨੇ ਗੱਲ ਸਮਝ ਲਈ ਆ, ਉਹ ਲੈ ਆਇਆ। ਤੁਸੀਂ ਜਿਹੜੇ ਆ ਨਹੀਂ ਲਿਆ, ਤੁਸੀਂ ਗੱਲ ਸਮਝਦੇ ਨਹੀਂ ਰਹੇ, ਗੱਲ ਨੂੰ ਸਮਝ ਨਹੀਂ ਬਣਾ ਰਹੇ, ਆਪਣੀ ਸਮਝ ਦਾ ਹਿੱਸਾ ਨਹੀਂ ਬਣਾ ਰਹੇ। ਇਸ ਲਈ ਉਹ ਬੀਬੀਆਂ ਨਾਲ ਲੈ ਕੇ ਆਓ, ਜੇ ਬੀਬੀਆਂ ਇੱਥੇ ਆ ਜਾਣਗੀਆਂ ਤੁਹਾਡੀ ਗਿਣਤੀ ਡਬਲ ਹੋ ਜੂਗੀ। ਹੁਣ ਤੁਸੀਂ ਇੱਕ ਫੈਸਲਾ ਕਰ ਲਓ ਮੇਰੇ ਨਾਲ, ਇੱਥੇ ਹੁਣੇ ਆਪਾਂ ਕਰ ਲੈਂਦੇ ਹਾਂ, ਜਿੱਦਣ 5 ਤਰੀਕ ਨੂੰ ਧਰਨੇ 'ਤੇ ਆਉਣਾ, ਹਰ ਪਿੰਡ 'ਚੋਂ ਬੀਬੀਆਂ ਉੱਥੇ ਆਉਣ। ਜਦੋਂ ਅਸੀਂ ਟਰਾਲੀ ਲੈ ਕੇ ਤੁਰਨਾ ਪਿੰਡੋਂ, ਮੋਟਰਸਾਈਕਲਾਂ 'ਤੇ ਨਹੀਂ ਤੁਰਨਾ, ਟਰਾਲੀ ਤੁਰੋ, ਟਰਾਲੀਆਂ ਦੇ ਮੋਟਰਸਾਈਕਲਾਂ ਦੇ ਧਰਨੇ ਹੀ ਲੱਗ ਜਾਂਦੇ। ਮੋਟਰਸਾਈਕਲ ਆ ਗਿਆ ਮੀਟਿੰਗਾਂ ਮੁਰਗਾ ਵਾਸਤੇ, ਕੋਈ ਰਹਿਣ ਦਿਓ ਯਾਰ, ਕੁਛ ਨਹੀਂ ਹੁੰਦਾ, ਚੱਲਣ ਦਿਓ, ਕੋਈ ਖੋਦੇ ਦੇ ਵਿੱਚ ਲਾ ਦੇ ਕੁਛ। ਜਿਹੜੀ ਹੈਗੀ ਆਪਣੀ ਮਗਰ ਉੱਥੇ ਬੀਬੀਆਂ ਨਾਲ ਲੈ ਕੇ ਆਓ, ਟਰਾਲੀਆਂ ਭਰ ਕੇ ਲਿਆਓ। ਜੇ ਟਰਾਲੀਆਂ ਭਰ ਕੇ ਲਿਆਓ, ਬੀਬੀਆਂ ਨਾਲ ਵੇਖ ਕੇ ਆਉਣਗੀਆਂ ਤੁਹਾਡੇ। ਜਿਸ ਤਰ੍ਹਾਂ ਮੇਲੇ 'ਤੇ ਜਾਂਦੀਆਂ ਵਾ, ਜਿਸ ਤਰ੍ਹਾਂ ਆਪਣੇ ਮਹੀਨੇ 'ਤੇ ਜਾਂਦੀਆਂ, ਗੁਰਦੁਆਰਾ ਸਾਹਿਬ ਜਾਂਦੀਆਂ, ਇੱਥੇ ਸਾਨੂੰ ਬੀਬੀਆਂ ਨਾਲ ਖੜਦੇ ਨਹੀਂ ਨਾ ਆਪਾਂ, ਇਸ ਤਰ੍ਹਾਂ ਇੱਥੇ ਵੀ ਲਿਆਓ। ਇੱਥੇ ਤਾਂ ਕਰਜ਼ੇ ਦਾ ਮਸਲਾ ਵਾ, ਇਹ ਸਾਡੀ ਲਾਈਟ ਦਾ ਮਸਲਾ ਵਾ, ਇਹ ਸਾਡੇ ਪਾਣੀ ਦਾ ਮਸਲਾ ਵਾ, ਇੱਥੇ ਦਾਣਾ ਮਾਂਜੂ ਰਹਿ ਗਿਆ ਵਾ ਵਰਸਾ ਆਪਣੇ ਨਾਲ, ਬੇਮੌਸਮੀ ਆਪਣੇ ਧੁੱਪ ਨਾਲ, ਜ਼ਿਆਦਾ ਗਰਮੀ ਪੈਣ ਕਰਕੇ ਉਹਦੇ ਝਾੜ ਘੱਟ ਗਿਆ 5 ਤੋਂ 7 ਕੁਇੰਟਲ ਕਿੱਲੇ ਮਗਰ, ਉਹਦਾ 500 ਰੁਪਇਆ ਕੁਇੰਟਲ ਬੋਨਸ ਲੈਣ ਦੀ ਗੱਲ ਹੈ। ਕਿਹਦੀ ਨਹੀਂ ਗੱਲ ਹੈ, ਕਿਹੜੇ ਕਿਹਦੀ, ਹਰ ਇੱਕ ਦੀ ਗੱਲ ਹੈ ਨਾ, ਹਰ ਇੱਕ ਦਾ ਮਸਲਾ ਵਾ ਨਾ, ਹਰ ਬੰਦੇ ਦਾ ਮਸਲਾ, ਹਰ ਪਿੰਡ ਦੇ ਹਰ ਮਸਲੇ ਦਾ ਮਸਲਾ, ਸਾਰੇ ਪੰਜਾਬ ਦੇ ਲੋਕਾਂ ਦਾ ਮਸਲਾ ਵਾ, ਸਾਰੇ ਦੇਸ਼ ਦੇ ਲੋਕਾਂ ਦਾ ਮਸਲਾ ਵਾ। ਉਹਦੇ ਵੱਡੀ ਗਿਣਤੀ 'ਚ ਆਓ, ਵੱਡੀ ਗਿਣਤੀ 'ਚ ਬੀਬੀਆਂ ਬੱਚੇ ਉਦਣ ਸਾਰੇ ਲਿਆਓ ਉੱਥੇ, ਉਦਣ DC ਨੂੰ ਇਹ ਗੱਲ ਆਪਾਂ ਕਹਿ ਦੇਣੀ ਆ, ਪੱਕਾ ਮੈਂ ਹੋਊਂਗਾ ਉੱਥੇ ਆਪ ਤੁਹਾਡੇ ਨਾਲ, ਇਹ ਗੱਲ ਕਹਿ ਦੇਣੀ ਆ ਵੀ DC ਸਾਹਿਬ ਆ ਰਿਹਾ ਹੈ ਕਿ ਮੋਗੇ ਜ਼ਿਲ੍ਹੇ ਦੇ, ਇਹਨਾਂ ਕੋਈ ਕਰਜ਼ਾ ਕੁਰਜ਼ਾ ਨਹੀਂ ਹੋਏਗਾ, ਇਹਨੇ ਗੇੜੇ ਨਾ ਮਰਵਾ, ਕੋਈ ਕਰਜ਼ਾ ਨਾ ਇਹਨਾਂ ਦੇਣਾ ਹੀ ਨਾ ਇਹਨਾਂ ਕੋਲ ਹੈਗਾ ਹੀ। ਕਰਜ਼ਾ ਤਾਰੇ ਮੋਦੀ ਦੀ ਸਰਕਾਰ, ਕਰਜ਼ਾ ਤਾਰੇ ਭਗਵੰਤ ਮਾਨ ਦੀ ਸਰਕਾਰ, ਇਹਨਾਂ ਕੋਈ ਕਰਜ਼ਾ ਨਹੀਂ ਹੈਗਾ। ਜੇ ਤੁਸੀਂ ਕਾਰਪੋਰੇਟਾਂ ਦੇ ਕਰਜ਼ੇ ਖਤਮ ਕਰ ਸਕਦੇ ਜੋ, ਡਾਨੀਆਂ ਬਾਨੀਆਂ ਦੇ ਕਰਜ਼ੇ ਖਤਮ ਕਰ ਸਕਦੇ ਜੋ, ਉਹਨਾਂ ਦੇ ਕਰਜ਼ੇ ਦੀ ਲਕੀਰ ਮਾਰ ਸਕਦੇ ਜੋ, ਅਤੇ ਕਿਸਾਨਾਂ ਦੇ ਕਰਜ਼ੇ ਦੀ ਲਕੀਰ ਮਾਰੋ, ਬਹੁਤ ਵੱਡੀ ਦਲੀਲ ਹੈ ਤੁਹਾਡੇ ਕੋਲ, ਬਹੁਤ ਵੱਡੀ। ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ, 23 ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਕਮੇਟੀ ਬਣਾਓ। ਕੇਰਲਾ ਦੀ ਸਰਕਾਰ ਨੇ ਜਿਸ ਤਰ੍ਹਾਂ ਬਣਾਇਆ ਕਾਨੂੰਨ MSP ਦੇ ਉੱਤੇ, 13 ਫਸਲਾਂ ਦਾ ਕਾਨੂੰਨ ਬਣਾਇਆ ਵਾ ਕੇਰਲਾ ਦੀ ਸਰਕਾਰ ਨੇ, ਸੂਬਾ ਉਹ ਵੀ ਜਿਸ ਤਰ੍ਹਾਂ ਪੰਜਾਬ ਆ, ਉਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ, ਜੱਟਾਂ ਨੂੰ ਪੂਰਾ ਭਾਅ ਮਿਲ ਰਿਹਾ ਉੱਥੇ, ਅਤੇ ਇਹ ਪੰਜਾਬ ਦਾ ਭਗਵੰਤ ਮਾਨ ਕਿਉਂ ਨਹੀਂ ਬਣਾਉਂਦਾ, ਇਹ ਵੀ ਉਸੇ ਤਰਜ਼ 'ਤੇ ਬਣਾਵੇ ਜਿਸ ਤਰ੍ਹਾਂ ਚੰਨੀ ਨੂੰ ਬਣਾਇਆ ਸੀ ਆਪਾਂ ਨੇ, ਮੁੜ ਕੇ ਚਲੋ ਵੋਟਾਂ ਆ ਗਿਆ, ਨਿਕਲ ਗਿਆ, ਉਹ ਹਾਰ ਗਿਆ, ਕੰਮ ਨਿਬੜ ਗਿਆ, ਪਰ ਉਹ ਮੰਨ ਗਿਆ ਜਾਂਦਾ ਮੈਂ ਕੇਰਲਾ ਦੀ ਸਰਕਾਰ ਦੀ ਤਰਜ਼ ਦੇ ਉੱਤੇ ਕਾਨੂੰਨ ਬਣਾਉਂਗਾ। ਚਲੋ ਆ ਗਈ, ਅਤੇ ਉਹ ਵੀ ਆਪਾਂ ਮੰਗ ਰੱਖਾਂਗੇ ਨਾਲ, 150 ਰੁਪਇਆ ਡਾਇਆ ਵਜਿਆ ਉਹਦੀ ਮੰਗ ਰੱਖਾਂਗੇ। ਟੋਟਲ ਲਖੀਮਪੁਰ ਖੀਰੀਕਾਂਡ ਵਾਪਰਿਆ ਉੱਥੇ UP ਦੇ ਵਿੱਚ, ਉਹਦੇ ਦੋਸ਼ੀ ਨੂੰ ਗ੍ਰਿਫਤਾਰ ਕਰਾਉਣਾ ਵਾ, ਜੇ ਮਿਸ਼ਰਾ ਨੂੰ ਮੰਤਰੀ ਮੰਡਲ ਬਰਖਾਸਤ ਕਰੋ, ਉਹ ਮੰਗ ਰੱਖਾਂਗੇ। 23 ਮਹੀਨੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਰੱਖਾਂਗੇ। ਬਿਜਲੀ ਸੋਧ ਬਿੱਲ 2020 ਵਾਲਾ ਬਿਜਲੀ ਕਰਨ ਵਾਲਾ ਵਾ, ਜਿਹਦੇ ਨਾਲ ਪ੍ਰੀਪੇਡ ਮੀਟਰ ਲੱਗ ਰਿਹਾ ਤੁਹਾਡੇ ਘਰਾਂ ਦੇ ਵਿੱਚ, ਉਹਦੀ ਮੰਗ ਰੱਖਾਂਗੇ। ਜਿਹਦੇ ਨਾਲ 72,000 ਬਿਜਲੀ ਦਾ ਬਿੱਲ ਲੱਗਣਾ, 6,000 ਬਿਜਲੀ ਦਾ ਲੱਗਣਾ ਤੁਹਾਨੂੰ, ਉਹ ਵੀ ਮੰਗ ਰੱਖਾਂਗੇ। ਪਰ ਟੋਟਲ ਜਿੰਨੀਆਂ ਤੁਹਾਡੀਆਂ ਮੰਗਾਂ ਭਗਦੀਆਂ ਵਾ, ਕੰਨੇ ਦੇ ਬਕਾਏ ਦੀ ਮੰਗ ਰੱਖਾਂਗੇ, ਹੋਰ ਜਿੰਨੀਆਂ ਪੰਜਾਬ ਲੈਵਲ ਦੀਆਂ ਮੰਗਾਂ ਸਾਰੀਆਂ, ਉਹ ਟੋਟਲ ਬਾਤ ਕਰਨ ਪੱਕੇ ਮਾਰ ਕੇ ਹੱਕ ਦੇਣ ਦੀ ਗੱਲ, ਉਹ ਮੰਗ ਰੱਖਾਂਗੇ। ਸਾਰੀਆਂ ਮੰਗਾਂ ਆਪਾਂ ਜਿਹੜੀਆਂ ਵਾ ਉਹ ਮੇਰੇ ਵੀਰੋ ਉਹ ਰੱਖਾਂਗੇ, ਉਹ ਸਾਰੀਆਂ ਮੰਗਾਂ ਰੱਖ ਕੇ, ਅਤੇ ਮੰਗ ਪੱਤਰ ਬਣਿਆ ਹੋਇਆ ਵਾ 20-19-20 ਮੰਗਾਂ ਵਾ, ਉਹ ਸਾਰਾ ਮੰਗ ਪੱਤਰ ਆਪਾਂ ਉਹਨਾਂ ਨੂੰ ਉੱਧਰ 5 ਤਰੀਕ ਨੂੰ ਦੇਵਾਂਗੇ। ਇਹਦੇ ਵਾਸਤੇ ਵੱਡੀ ਲਾਮਬੰਦੀ ਚਾਹੀਦੀ। ਜੇ ਤੁਸੀਂ ਮੋਟਰਸਾਈਕਲਾਂ ਚਾਹੋ ਫਿਰ ਤੁਸੀਂ 100-150 ਆਉਣਾ, ਜੇ ਤਾਂ ਉਠਾਣੇ ਗਾੜੀ ਕਿੰਨੇ ਹੈਗੀ, 100 ਹੈ ਸਾਰਾ, 100 ਵੀ ਨਹੀਂ ਹੋਣਾ ਮੈਨੂੰ ਲੱਗਦਾ, ਉਸ ਤਰ੍ਹਾਂ ਫਿਰ 100 ਉੱਥੇ ਹੋਵੋਗੇ, ਉਹਨਾਂ ਆਉਣਾ 100 ਰਹਿਣੇ ਪੱਕੇ ਹੀ, ਭਾਵੇਂ ਏਰੀਆ 'ਤੇ ਰਹੋ ਤਾਂ ਵੀ 100, ਜੇ ਅੱਗੇ ਮੀਟਿੰਗ 'ਚ ਭਰੋ ਤਾਂ ਵੀ 100, ਜੇ DC ਦਫ਼ਤਰ ਲਗਾਓ ਤਾਂ ਵੀ 100 ਰਹਿਣੇ, 100 ਹੀ ਆ, ਭਾਵੇਂ 3 ਜ਼ੋਨ ਬਣ ਗਏ ਫਿਰ ਵੀ 100, ਅਤੇ ਫਿਰ ਭਾਈ ਗੱਲ ਨਹੀਂ ਹੋਗਾ। ਜੇ ਘੱਟੋ ਘੱਟ ਗਿਣਤੀ 1000 ਦੀ ਕਰ ਦਿਓ ਉੱਦਣ, ਜੇ 1000 ਦੀ ਗਿਣਤੀ ਤੁਸੀਂ ਕਰ ਜਾਓ, 20-20 ਬੰਦੇ ਐਵਰੇਜ 1000 ਪਿੰਡ ਲੈ ਆਓ, ਐਵਰੇਜ ਕਿਤੋਂ 30 ਲੈ ਆਓ, ਕਿਤੋਂ 40 ਲੈ ਆਓ, ਬੀਬੀਆਂ ਪਾਲੋ ਨਾਲ, ਅਤੇ 20-20 ਬੰਦੇ ਤੁਹਾਡੇ ਐਵਰੇਜ ਪਿੰਡ ਆਏਗੇ, 20-20 ਬੰਦੇ ਆ ਗਏ 50 ਪਿੰਡਾਂ 'ਚੋਂ 1000 ਬੰਦਾ ਹੋਊਗਾ, 50 ਪਿੰਡਾਂ 1000 ਬੰਦਾ ਹੋ ਗਿਆ ਨਾ, ਉਹ 1000 ਬੰਦਾ ਉੱਥੇ ਹੋਊਗਾ, 1000 ਬੰਦਾ ਹੋਊਗਾ ਤਾਂ ਸਾਡਾ ਇੱਕ ਪ੍ਰੈਸ਼ਰ ਬਣੂਗਾ ਉੱਥੇ,
ये सारे बात चढ़ के साल आ गए सारे हथकड़े करो हजार की गिनती मतलब हजार की गिनती घटो घट प्रेशर चंगा बनूगा हजार की गिनती पूरी करनी पैनी तुम ये पूरे जोर ना कर दो तो कोई औखा नहीं भी पच्ची बंदे एवरेज पिंडों ने आना कोई औखे नहीं है पूरे जोर ला के आओ पूरे जोर ला के मेरे वीरों आना वा तो फंड जेड़े आ पांच तरीक तक तुम फंड कट्ठे कर सकते हो मैनू पता कर सकते हो कोई तुम तकलीफ नहीं हैगी जिन्ना पिंड पिछले पैसे पाए हिसाब दो पिंड साढ़े को इन्ना खर्च होगा तो साढ़ा बकाया वा या जो भी हैगा जो भी तुम तक फंड कट्ठा किया सारे का बकायदा हिसाब दे दो कोई पिंड का हिसाब पर उदन दुआर दिते जिदन मीटा की जोन घरे बनाए हैं कई पिंड पिंड कई बनाई वा कुछ पिंड के रह गए हो सकते हैं वो अपने पिंड के हिसाब दो तो नवे फंड कट्ठे करके अपना खजाना फिर पूरे का पूरा भर लो वो भरया होगा खजाना फिर तुम छे महीने आने वाले समय दिक्कत नहीं आनी बड़े व्डे जेडे सामने ताे उ बहुत व्डा हमला वा मोदी सरकार द्वारी जमीन खोन की तैयारी करी बैठी है जेडे थोड़े बिजली खोन की तैयारी बैठी आ जेडे थोड़े घर घाट मिटाने की तैयारी करी बैठे आ जेडे थोड़े स्कूल हस्पताल सारी बिजली का ढांचा दूजा तीजा जो पीने वाला पानी सड़कों के टोल प्लाजे लगे पे आ ये सारा कुछ लै गया यह भी मंग करा कि जिन्हें प्राइवेट स्कूल है वो सारे सरकारी कर दो ये मंग बना लो बहुत महत्वपूर्ण मंग जे प्राइवेट स्कूल सरकारी कर दो प्राइवेट हस्पताल सरकारी कर दो सड़कों के टोल प्लाजे पुट दो सड़कों भी सारे सरकारी कर दो ये सारी मंग बिजली का 2003 एक्ट रद्द कर दो तो बिजली भी सारी बिजली बोर्ड में पहले रूपी पाल कर दो ये मंगा निजीकरण के खिलाफ है अपनिया ये निजीकरण करके सारा कुछ होया वा तो निजीकरण की नीति के नाल सारी तबाही मची है ताड़ी जेबा चो अज इन्नी महंगाई बढ़ गई है रोज महंगाई छाव मार रही है डीजल पेट्रोल के रेट ताड़ी पहुंच तो बाहर हो रहे हैं जेड़ी चीज प्राइवेट थान चल गई वो ताड़ी पहुंच तो उसके खिलाफ अपनी लड़ाई है जेड़े निजीकरण दी नीतियां लागू कर रहे हाकम उन्होंने खिलाफ अपनी लड़ाई है तो नाल जेड़े अपने निजीकरण की नीति उसके खिलाफ लड़ाई है ये समझ लो ये आप पूरे जोर शोर के नाल उत्थे जिहड़ा वा डीसी दफ्तर है पूरी जोर शोर नाल आवाज़ उठावांगे ठीक है जी सारे पंजाब च डीसी दफ्तर धरने लगने 15 जिले च धरने लगने 15 जिले ठीक है जी तो उसके तहत तुम चढ़ती कला नाल मैनूं आखदा तुम आओगे मुगे वाले बहुत आसा वा आप बड़ी तेजी वध रहे हैं आने वाले दिनों के मैं वादा करता वा मेरा जिन्ना मर्जी मैं वरत लो जो मेरी ड्यूटी पर मौके दे तो जिन्ना बंदा जो वरत लो ये वरतन के आधार कार्ड ताकि भी तुम वरते कहना 24 घंटे वरतन वास्ते मैं तैयार जो जिन्ना 24 घंटे मैं वरत लो मैं तभी तैयार जिथे मर्जी गाड़ी कमेटियां गड्ढे कटी जाओ गाड़ी गाड़ी शिकार कटी जाओ गाड़ी गाड़ी लोगों अपने गाड़ी लिंक बनाई जाओ तो मैं तुर आना मैं रात 10-10 दिन रात ताे च कट्ट तैयार है 10-10 रात कट्ट तैयार वो ये आडा बहुत छेती 3 जोन बनया तो बहुत छेती 6 जोन बना दिए तिना छिया जब तब्दील कर दिए सारे जोन एक एक जोन अपने नाल बनाएंगे फतेहगढ़ पंजतूर अपना जोन एक और तैयार करूगा आप बैठे उन्होंने प्रधान बैठा वो अपना काम करे हो के नाल अपने तरह जिले का खजांची है ये नाल काम कराने सारे जोन के नाल कराने इस तरीके बैठे जो मेरे वीरों सारी पुरानी करीम इतने बैठी जी पुरानी करीम जिनी साढ़े को वधिया काम करने वाले जी जी सोचा जी इंद्रजीत सिंह जी भगेरिया साहब जरनैल सिंह आ जिन्हें साढ़े को पुराने आगू आ सारे इतने चीमा साहब ये सारे इतने जो बैठे हुए अपने वीर सिंह होनी जी ये सारे पुराने आगू इतने बैठे हुए जी कोर कमेटी के शामिल है ये सारे तगड़े होकर अपना काम करो तो काम करके एक जोन नाल होर बना दिया जी उस जोन का नाम मोगा होगा वो मैं पिंड टके हुए उस पिंड टके हुए कि अपना आकड़ा पिंड एक तले के मोगा पंगेरिया परले पिंड एक कमेटियां होर बना के आए वो अज नहीं इतने आ सके आना पिंड है वा तखाणवाद तखाणवाद के नाल टूटी गए इधर जिन्हें पिंड निके निके इधर पिंड आ इधर ताडे वाले पिंड आ अपने जतन करो तुम 4-5 पिंड ताडे हो गए 10 पिंड होर कर जो तो मोगा का जोन एक होर नाल खड़ा कर जोन दे जोन का विस्तार हो जूगा ये इधर 5-7 पिंड होर कर लैन 5-7 पिंड यह जोन चो आप मोगे दे देंगे ठीक है जी ये प्लैनिंग बन गई थ्यूरी बन गई है ये थ्यूरी तमल करो इस तरह धर्मकोट वाले कह के एक जोन और तैयार करो पहले तो अपने जोन में मजबूत करने के उन्होंने जोन सब तो कमजोर है जेडे पिंड भी दिते सब तो कमजोर पिंड उन्होंने कोल है तो वो अपने पिंड मजबूत करे अपने पिंड सुधार करे पहले एक जोन कंप्लीट करे उस तो बाद दूजा जोन भी कंप्लीट करे
ਤਾਂ ਉਹਨਾਂ ਦੀ ਸਾਰੀ ਜਿਹੜੀ ਆ ਪੂਰੀ ਤਰ੍ਹਾਂ ਉਹਨਾਂ ਨੂੰ ਛੁਰੀ ਦੇ ਕੇ ਆਏ, ਇੱਕ ਪਲੈਨ ਵੀ ਦੇ ਕੇ ਆਏ। ਮੇਰੇ ਵੀਰੋ ਦੋ ਗੱਲਾਂ ਹੁੰਦੀਆਂ, ਦੇਖੋ ਜੀ, ਕਿਸੇ ਦੁਨੀਆਂ ਨੂੰ ਚਲਾਉਣ ਵਾਸਤੇ ਜਾਂ ਕੰਮ ਕਰਦੇ ਕਰਨ ਵਾਸਤੇ। ਇੱਕ ਹੁੰਦੀ ਪਲੈਨ ਹੈ ਜਿਹਨੂੰ ਛੁਰੀ ਕਹਿੰਦੇ ਆਪਾਂ, ਛੁਰੀ ਉੱਤੇ, ਦੂਜਾ ਹੁੰਦਾ ਉਹ 'ਤੇ ਅਮਲ। ਦੋ ਚੀਜ਼ਾਂ ਜਿੰਨਾ ਚਿਰ ਆਪਸ 'ਚ ਰਲਦੀਆਂ ਨੀਗੀਆਂ ਉਹਨਾਂ ਚਿਰ ਗਾੜੀ ਕੰਮ 'ਚ ਸਫਲਤਾ ਨਹੀਂ ਮਿਲਦੀ, ਕੋਈ ਸਫਲਤਾ ਨਹੀਂ ਮਿਲ ਸਕਦੀ। ਸਫਲਤਾ ਹੀ ਉਦੋਂ ਮਿਲਣੀ ਆ ਜਦੋਂ ਛੁਰੀ ਦੇ ਉੱਤੇ ਅਮਲ ਹੋ ਗਿਆ। ਛੁਰੀ ਤੁਹਾਡੇ ਗਾੜੀ ਰੱਖਤੀ ਆ ਕਿ ਆਹ ਛੁਰੀ ਆ, ਆਹ ਆਪਾਂ ਫੰਡ ਇਕੱਠੇ ਕਰਦੇ ਹਾਂ, ਵੱਧ ਤੋਂ ਵੱਧ ਖਜ਼ਾਨੇ ਭਰਨੇ ਪਿੰਡਾਂ ਦੇ, ਆਪਣੇ ਜੋ 5 ਤਰੀਕ ਨੂੰ ਆਪਾਂ ਡੀਸੀ ਦਫ਼ਤਰ ਧਰਨੇ ਲਾਉਣੇ ਆ, ਅਤੇ ਨਾਲ ਇੱਕ ਇੱਕ ਜੋਨ 3 ਜੋਨਾਂ ਨੇ ਹੋਰ ਬਣਾਉਣਾ। ਮੋਗੇ ਵਾਲਿਆਂ ਨੇ ਇੱਕ ਜੋਨ, ਆੜਾਗਾ ਸਿੱਖਾ ਕੋਟ ਜੋਨ, ਇਹਨਾਂ ਨੇ ਇੱਕ ਜੋਨ ਹੋਰ ਬਣਾਉਣਾ ਜਿਹਦਾ ਨਾਮ ਮੋਗਾ ਜੋਨ ਹੋਊਗਾ। ਉਹ ਮੋਗੇ ਜੋਨ ਦੇ ਫਿਰ ਉੱਧਰ ਆਗੂ ਜਨੈਲ ਸੋਣੀ ਆ, ਭਗੇੜੀਆਂ ਸਾਹਿਬ ਆ, ਥੱਲੇ ਗਿਆਲੇ ਆ, ਹੋਰ ਨਾਲ ਆਗੂ ਨਵੇਂ ਪਿੰਡਾਂ 'ਚ ਲਾਵਾਂਗੇ, ਫਿਰ ਉਹ ਜੋਨ ਆਪਣਾ ਚਲਾਉਣਗੇ। ਠੀਕ ਹੈ ਜੀ? ਅਤੇ ਉਹਦੇ ਵਾਸਤੇ ਆਪਣੇ ਪੂਰੇ ਯਤਨ 100% ਕਰ ਦਿਓ, ਅਤੇ ਮੇਰੀ ਮਦਦ ਲੈ ਲਓ, ਜਿੰਨੀ ਮੇਰੀ ਮਦਦ ਲੈ ਸਕਦੇ ਹੋ ਲੈ ਲਓ। ਤੁਸੀਂ ਆਖੋਗੇ ਭਗੇੜੀਆਂ ਸਾਹਿਬ ਮੈਨੂੰ ਕਹਿਣਗੇ ਵੀ ਤੂੰ ਆ ਜਾ ਭਾਈ, ਆਪਣਾ ਡੰਡਾ ਡੇਰਾ ਚੁੱਕ ਦੇ ਇੱਥੇ ਭਗੇੜੀਆਂ ਆ ਜਾ, ਮੈਂ ਭਗੇੜੀਆਂ ਆਣ ਕੇ ਬੈਠੂਗਾ, ਚੱਲਣ ਦੇ ਰੋਜ਼ ਪਿੰਡਾਂ 'ਚ, ਚੱਲਣ ਦੇ ਰੋਜ਼ ਪਿੰਡਾਂ 'ਚ, ਚੱਲਣ ਦੇ ਰੋਜ਼ ਪਿੰਡਾਂ 'ਚ। ਠੀਕ ਹੈ ਜੀ? ਅਤੇ ਆਪਾਂ ਜਿਸ ਤਰ੍ਹਾਂ ਇੱਥੇ ਆਪਾਂ ਕਾਢ ਕੱਢੀ ਆ ਇਹਦੇ ਆਲੇ ਦੁਆਲੇ, ਅਤਲ ਵਾਲੇ ਇੱਥੇ ਕਾ ਕੋਟ ਦੇ ਆਲੇ ਦੁਆਲੇ ਪਿੰਡ ਬਣਾਏ ਆ, ਇਸ ਤਰ੍ਹਾਂ ਮੋਗੇ ਦੇ ਆਲੇ ਦੁਆਲੇ ਵੀ ਪਿੰਡਾਂ ਦੇ ਪਿੰਡ ਆਪਾਂ ਜੋੜ ਦਿਆਂਗੇ, ਤਾਂ ਆਪਣਾ ਵਿਸਥਾਰ ਕਰਦਾ। ਜਿੰਨਾ ਸਾਡਾ ਮੋਗੇ ਜ਼ਿਲ੍ਹੇ 'ਚ ਵਿਸਥਾਰ ਹੋ ਗਿਆ, ਨਾਲ ਬੀਬੀਆਂ ਦੀਆਂ ਕਮੇਟੀਆਂ ਬਣ ਗਈਆਂ, ਉਨਾ ਹੀ ਮੇਰੇ ਵੀਰੋ ਸਾਡਾ ਦਬਾਅ ਆ ਜੂਗਾ ਸਰਕਾਰਾਂ 'ਤੇ, ਉਹਨੇ ਆਪਣੇ ਕੰਮ ਕਰਾਉਣੇ ਸੌਖੇ ਹੋ ਜਾਣਗੇ, ਉਹਨੇ ਪ੍ਰਸ਼ਾਸਨ 'ਤੇ ਆਪਣੇ ਦਬਾਅ ਆ ਜਾਣਗੇ, ਪ੍ਰਸ਼ਾਸਨ ਤੁਹਾਡੀ ਜ਼ਿਆਦੀ ਗੱਲ ਸੁਣ ਲਿਆ ਪਊਗਾ। ਠੀਕ ਹੈ ਨਾ ਜੀ? ਤੁਸੀਂ ਹੋਰ ਸਿਆਣੇ ਹੋ ਜਾਓਗੇ ਜਿੰਨਾ ਲੋਕਾਂ ਨਾਲ ਭੇਟ ਕਰੋਗੇ, ਜਿੰਨੇ ਤੁਸੀਂ ਵਿਚਾਰਾਂ ਦਾ ਵਟਾਂਦਰਾ ਕਰੋਗੇ ਇੱਕ ਦੂਜੇ ਨਾਲ, ਵਿਚਾਰਾਂ ਦਾ ਭੇਟ ਕਰੋਗੇ ਦੂਜੇ ਲੋਕਾਂ ਨਾਲ, ਜਿੰਨਾ ਮੱਥਾ ਮਾਰੋਗੇ, ਮੈਂ ਬੜਾ ਸਪਾਈਕ ਪੰਜਾਬੀ 'ਚ ਕਹਿੰਦਾ ਨਾ ਕਿ ਜਿੰਨਾ ਕੋਈ ਬੰਦਾ ਜ਼ਿਆਦਾ ਮੱਥਾ ਮਾਰੂਗਾ ਉਨਾ ਜ਼ਿਆਦਾ ਉਹ ਪ੍ਰਪੱਕ ਹੋਊਗਾ, ਉਹ ਆਪ ਹੀ ਪ੍ਰਪੱਕ ਹੋਊ ਤਾਂ ਦੂਜਿਆਂ ਨੂੰ ਪ੍ਰਪੱਕ ਕਰੂਗਾ। ਦੂਜੀ ਗੱਲ ਇੱਕ ਹੋਰ